ਸਤਿ ਸ਼੍ਰੀ ਅਕਾਲ ਜੀ, ਮੈਂ ਗਗਨਦੀਪ ਸਿੰਘ ਤਲਵੰਡੀ ਭਾਈ ਤੋਂ, ਡਿਸਟ੍ਰਿਕਟ ਫਿਰੋਜ਼ਪੁਰ ਜੀ। ਮੈਂ ਮੋਟਾਪੇ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਸੀਗਾ। ਮੇਰਾ ਭਾਰ 132-133 ਕਿਲੋ ਸ਼ਾਇਦ ਹੋ ਗਿਆ ਸੀਗਾ। ਬੜਾ ਜ਼ਿਆਦਾ ਪਰੇਸ਼ਾਨ ਸੀ ਮੈਂ। ਬੜਾ ਕੁਛ ਕੀਤਾ, ਵਰਕਆਊਟ ਵੀ ਕੀਤਾ, ਸੁਬਹਾ ਭੱਜਣਾ ਦੌੜਨਾ ਬੜਾ ਕੁਛ ਕੀਤਾ, ਦਵਾਈਆਂ ਵੀ ਬਹੁਤ ਖਾਧੀਆਂ, ਪਰ ਉਹਦੇ ਨਾਲ ਕੋਈ ਫਰਕ ਨਹੀਂ ਪਿਆ। 10 ਕਿਲੋ 5 ਕਿਲੋ ਘਟਣਾ, ਉਸ ਤੋਂ ਬਾਅਦ 20 ਕਿਲੋ ਫਿਰ ਜੰਪ ਕਰਨਾ ਵੇਟ। ਪਰੇਸ਼ਾਨ ਇੰਨਾ ਹੋ ਗਿਆ ਸੀਗਾ ਜੀ ਵੀ ਦੱਸ ਨਹੀਂ ਸਕਦਾ ਮੈਂ। ਬੈਠਣ ਉੱਠਣ 'ਚ ਦਿੱਕਤ, ਛੋਟੀ ਉਮਰ 'ਚ ਅੰਕਲ ਬਣ ਗਿਆ ਸੀਗਾ, ਹਰ ਕੋਈ ਅੰਕਲ ਹੀ ਕਹਿੰਦਾ ਸੀ, ਵੱਡੀ ਉਮਰ ਦੇ ਵੀ ਅੰਕਲ ਕਹਿੰਦੇ ਸੀਗੇ। ਪਰੇਸ਼ਾਨੀ ਦੇ ਵਿੱਚ ਮੈਨੂੰ ਪਤਾ ਲੱਗਾ ਵੀ ਮੋਗਾ ਦੇ ਵਿੱਚ ਡਾਕਟਰ ਅਮਿਤ ਸੂਦ ਜੀ ਇਹ ਓਪਰੇਟ ਕਰਦੇ ਆ, ਬਾਹਰੋਂ ਸਾਰਾ ਕੁਝ ਸਿੱਖ ਕੇ ਆਏ ਸੀਗੇ। ਚਲੋ ਮਨ ਬਣਿਆ ਵੀ ਡਾਕਟਰ ਸਾਹਿਬ ਨੂੰ ਮਿਲਦੇ ਹਾਂ। ਡਾਕਟਰ ਸਾਹਿਬ ਨੂੰ ਮਿਲਣ ਤੋਂ ਬਾਅਦ ਪੱਕਾ ਹੀ ਮਨ ਬਣ ਗਿਆ ਵੀ ਓਪਰੇਟ ਕਰਾਉਣਾ ਤਾਂ ਇੱਥੋਂ ਹੀ ਕਰਾਉਣਾ। ਤਲਵੰਡੀ ਭਾਈ ਚਾਪ ਦੇ ਸੱਜਣਾ ਮਿੱਤਰਾਂ ਨਾਲ, ਹੋਰ ਦੋਸਤਾਂ ਨਾਲ ਡਿਸਕਸ ਕੀਤੀ, ਸਾਰਿਆਂ ਨੇ ਮਨ੍ਹਾ ਕੀਤਾ ਵੀ ਨਹੀਂ ਯਾਰ ਮੋਗੇ ਦੇ ਵਿੱਚ ਕਿੱਥੇ ਇੱਦਾਂ ਦੀ ਗੱਲ ਨਹੀਂ ਕੋਈ, ਆਪਾਂ ਵੱਡੇ ਹੋਸਪਿਟਲ ਚੱਲਦੇ ਹਾਂ ਕਿਤੇ ਵੀ। ਪਰ ਮੈਂ ਮਨ ਬਣਾ ਲਿਆ ਸੀ ਵੀ ਡਾਕਟਰ ਸਾਹਿਬ ਤੋਂ ਹੀ ਕਰਾਉਣਾ, ਡਾਕਟਰ ਅਮਿਤ ਸੂਦ ਜੀ ਤੋਂ। ਚਲੋ ਸਾਰਿਆਂ ਨਾਲ ਲੜ ਕੇ ਬਿਨਾਂ ਦੱਸੇ ਮੈਂ ਓਪਰੇਟ ਕਰਵਾਇਆ, ਉਹਦਾ ਨਤੀਜਾ ਤੁਹਾਡੇ ਸਾਹਮਣੇ ਜੀ। ਮੈਨੂੰ 1 ਸਾਲ ਤੋਂ ਉੱਪਰ ਹੋ ਗਿਆ ਲਗਭਗ, ਮੈਂ ਹੁਣ ਮੇਰਾ 90 ਕਿਲੋ ਵਜਨ ਰਹਿ ਗਿਆ। ਬਿਲਕੁਲ ਕੋਈ ਦਿੱਕਤ ਨਹੀਂ। ਮੈਨੂੰ ਦੇਖ ਕੇ ਬੜੇ ਬੰਦਿਆਂ ਨੇ ਪੁੱਛਣਾ ਯਾਰ ਕੀ ਹੋਇਆ ਤੈਨੂੰ, ਇੰਨਾ ਸਲਿਮ ਹੋ ਗਿਆ, ਮੁੰਡਾ ਬਣ ਗਿਆ ਤੂੰ, ਉਮਰ ਤੇਰੀ ਘੱਟ ਗਈ, ਨਿੱਕੀ ਉਮਰ ਦਾ ਲੱਗਣ ਲੱਗ ਗਿਆ। ਉਸ ਤੋਂ ਬਾਅਦ ਮੇਰੇ 2-3 ਦੋਸਤਾਂ ਨੇ ਪੇਟ ਕਟਵਾਇਆ, ਮੈਂ ਨਾਲ ਰਿਹਾ ਇੱਥੇ, ਕੋਈ ਦਿੱਕਤ ਵਾਲੀ ਗੱਲ ਨਹੀਂ, ਕੋਈ ਡਰ ਵਾਲੀ ਗੱਲ ਨਹੀਂ। ਜੇ ਬਿਮਾਰੀਆਂ ਤੋਂ ਆਪਾਂ ਛੁਟਕਾਰਾ ਪਾਉਣਾ ਤਾਂ ਆਪਾਂ ਇਸ ਨੂੰ ਆਪਾਂ ਜ਼ਰੂਰ ਓਪਰੇਟ ਕਰਾਈਏ। ਧੰਨਵਾਦ।